ਕੜਕਨਾਥ ਮੁਰਗਾ ਤੇ ਮੁਰਗੀ ਕਿੱਥੇ ਵੇਚ ਸਕਦੇ ਹਾਂ ਆਂਡਿਆਂ ਵਾਸਤੇ ਕਿਹੜੀ ਕੜਕਨਾਦੀ ਮੁਰਗੀ ਸਾਨੂੰ ਰੱਖਣੀ ਚਾਹੀਦੀ ਹੈ ਜੀ ਹਾਂ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਦੋ ਟੌਪਿਕ ਤੇ ਜੋਸਫ ਪੁਲਟੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਪੂਰਾ ਦੇਖਣਾ ਜੋ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਨੂੰ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ ਬੈਲ ਆਈਕਨ ਨੂੰ ਪ੍ਰੈਸ ਕਰ ਸਕਦਾ ਹੈ ਤਾਂ ਜੋ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਇਹ ਬੜੇ ਹੀ ਕਿਸਾਨ ਵੀਰਾਂ ਦੇ ਸਾਨੂੰ ਸਵਾਲ ਆਉਂਦੇ ਹਨ ਕਿ ਕੜਕਨਾਤ ਮੁਰਗੇ ਮੁਰਗੀਆਂ ਆਪਾਂ ਵੇਚ ਕਿੱਥੇ ਸਕਦੇ ਹਾਂ ਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਇਸ ਵਿਸ਼ੇ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਬਰੇਲਰ ਦਾ ਰੋਜ਼ ਦਾ ਰੇਟ ਹੈ ਰੋਜ਼ ਦੀ ਮੰਡੀ ਹੈ ਇਸੇ ਤਰੀਕੇ ਨਾਲ ਜਿਹੜਾ ਕੜਕਨਾਤ ਹੈ ਅੱਜ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਕੜਕਨਾਤ ਦਾ ਕ੍ਰੇਜ਼ ਚੱਲ ਰਿਹਾ ਹੈ ਬੜੇ ਹੀ ਲੋਕ ਕੜਕਨਾਤ ਮੁਰਗੀ ਪਾਲਣ ਕਰ ਰਹੇ ਹਨ ਉਜੇ ਵੇਚ ਰਹੇ ਹਨ ਤੇ ਆਂਡਿਆਂ ਵਾਸਤੇ ਵੀ ਮੁਰਗੀਆਂ ਤਿਆਰ ਕਰ ਰਹੇ ਹਨ ਕਿਉਂਕਿ ਇਸ ਦੇ ਤੁਸੀਂ ਬੈਨੀਫਿਟ ਜਾਣਦੇ ਹੀ ਹੋ ਤੇ ਇਹਦਾ ਬਹੁਤ ਹੀ ਜ਼ਿਆਦਾ ਰੁਝਾਨ ਵਧ ਰਿਹਾ ਹੈ ਕਟਕਨਾਤ ਮੁਰਗੇ ਮੁਰਗੀਆਂ ਦਾ ਜਦੋਂ ਤੁਸੀਂ ਕਟਕਨਾਤ ਮੁਰਗੇ ਮੁਰਗੀਆਂ ਰੱਖਦੇ ਹੋ ਤੇ ਜਦੋਂ ਤੁਹਾਡੇ ਲਾਗੇ ਲੋਕਲ ਲੋਕਾਂ ਨੂੰ ਪਤਾ ਲੱਗਦਾ ਹੈ ਤੇ ਲੋਕੀ ਆਪੇ ਤੁਹਾਡੇ ਤੱਕ ਅਪਰੋਚ ਕਰਦੇ ਹਨ ਤੇ ਅਗਰ ਕੋਈ ਕਿਸਾਨ ਵੀਰ ਆਪਣੇ ਮੁਰਗੇ ਮੁਰਗੀਆਂ ਵੇਚਣਾ ਚਾਹੁੰਦਾ ਹੋਵੇ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਹੈ ਅਸੀਂ ਹੋਲ ਸੇਲ ਰੇਟ ਤੇ ਮੁਰਗੇ ਮੁਰਗੀਆਂ ਲੈਂਦੇ ਹਾਂ ਤੇ ਕਿਸਾਨ ਵੀਰਾਂ ਨੂੰ ਅੱਛੇ ਰੇਟ ਤੇ ਉਹਨਾਂ ਦੀਆਂ ਮੁਰਗੀਆਂ ਖਰੀਦ ਲੈਂਦੇ ਹਾਂ ਆਪਣਾ ਅੱਜ ਦਾ ਦੂਸਰਾ ਵਿਸ਼ਾ ਹੈ ਕਿ ਕਿਹੜੀਆਂ ਮੁਰਗੀਆਂ ਲੈਣੀਆਂ ਚਾਹੀਦੀਆਂ ਹਨ ਅਸੀਂ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਤੁਸੀਂ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਵੱਡੀਆਂ ਮੁਰਗੀਆਂ ਰੱਖਣੀਆਂ ਹਨ ਆਂਡਿਆਂ ਵਾਸਤੇ ਰੱਖਣੀਆਂ ਹਨ ਕਿ ਮੁਰਗੀਆਂ ਦੀਆਂ ਖਰੀਦਦਾਰੀ ਕਰਦੇ ਹੋਏ ਤੁਸੀਂ ਇਹ ਗੱਲ ਜਰੂਰ ਕਨਫਰਮ ਕਰਿਆ ਕਰੋ ਜਾਂ ਗੱਲ ਨੂੰ ਇਸ ਨੂੰ ਪੱਕੀ ਕਰਿਆ ਕਰੋ ਕਿ ਇਹ ਮੁਰਗੀ ਦੀ ਏਜ ਕਿੰਨੀ ਹੈ ਉਮਰ ਕਿੰਨੀ ਹੈ ਅਸੀਂ ਤੁਹਾਨੂੰ ਇਹ ਸਲਾਹ ਦੇਣਾ ਚਾਹਾਂਗੇ ਕਿ ਜਦੋਂ ਵੀ ਤੁਸੀਂ ਕਟਕਨੱਥ ਮੁਰਗੀਆਂ ਰੱਖਣੀਆਂ ਹਨ ਆਂਡਿਆਂ ਵਾਸਤੇ ਕਿਸੇ ਨੇ ਆਂਡਿਆਂ ਦੇ ਪਰਸਪਸ ਵਾਸਤੇ ਰੱਖਣੀਆਂ ਹਨ ਤੁਸੀਂ ਇਹ ਗੱਲ ਨੂੰ ਸ਼ੋਰ ਕਰ ਲਓ ਕਿ ਇਹ ਮੁਰਗੀ ਨਵੀਆਂ ਅੰਡੇ ਆ ਤੇ ਆ ਜਾਂ ਅਸੀਂ ਤੁਹਾਨੂੰ ਸਭ ਤੋਂ ਵਧੀਆ ਸਲਾਹ ਇਹ ਦਿੰਦੇ ਆ ਤੁਸੀਂ ਉਹ ਮੁਰਗੀ ਲੈ ਕੇ ਆਓ ਜਿਹੜੀ ਅੰਡੇ ਆ ਤੇ ਆਉਣ ਵਾਲੀ ਹੈ ਜੀ ਕਿਸਾਨ ਵੀਰੋ ਤੁਸੀਂ ਉਹ ਮੁਰਗੀ ਲੈ ਕੇ ਆਓ ਉਹੀ ਮੁਰਗੀ ਖਰੀਦੋ ਉਸੇ ਮੁਰਗੀ ਦੀ ਖਰੀਦਦਾਰੀ ਕਰੋ ਜਿਹੜੀ ਮੁਰਗੀ ਅੰਡੇ ਆ ਤੇ ਆਉਣ ਵਾਲੀ ਹੈ ਜਾਂ ਪੂਰੇ ਟਾਈਮ ਤੇ ਆਈ ਹੋਈ ਹੈ ਕਿਉਂ ਇਸ ਦਾ ਫਾਇਦਾ ਇਹ ਹੋਊਗਾ ਕਿ ਤੁਹਾਨੂੰ ਪਤਾ ਪਤਾ ਹੋਵੇਗਾ ਕਿ ਇਹ ਮੁਰਗੀ ਤੁਸੀਂ ਕਿਹੜੀ ਲੈ ਕੇ ਆਂਦੀ ਹੈ ਤੁਹਾਡੀਆਂ ਅੱਖਾਂ ਸਾਹਮਣੇ ਹੀ ਉਹ ਅੰਡੇ ਦੇਣੇ ਸ਼ੁਰੂ ਕਰੂਗੀ ਇਹ ਸਭ ਤੋਂ ਵਧੀਆ ਤਰੀਕਾ ਹੈ ਮੁਰਗੀਆਂ ਰੱਖਣ ਦਾ ਅੰਡੇ ਦਾ ਅਸੀਂ ਤੁਹਾਨੂੰ ਦੱਸ ਦਈਏ ਕਿ ਅਗਰ ਕਿਸੇ ਨੂੰ ਕੜਕਨਾਦ ਦੇ ਚੂਜੇ ਚਾਹੀਦੇ ਹੋਣ ਚੂਜੇ ਚਾਹੀਦੇ ਹੋਣ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਦੂਸਰੀ ਗੱਲ ਅਸੀਂ ਤੁਹਾਨੂੰ ਦੱਸ ਦਈਏ ਕਿ ਬੁਕਿੰਗ ਤੁਹਾਨੂੰ ਕਰਾਉਣੀ ਪਵੇਗੀ ਅਗਰ ਕਿਸੇ ਨੂੰ ਕੜਕਨਾਦੀਆਂ ਵੱਡੀਆਂ ਮੁਰਗੀਆਂ ਚਾਹੀਦੀਆਂ ਜਿਹੜੀਆਂ ਆਂਡਿਆ ਤੇ ਆਉਣ ਵਾਲੀਆਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਮੁਰਗੀਆਂ ਆਂਡਿਆ ਤੇ ਆਉਣ ਵਾਲੀਆਂ ਹਨ तकरीबन 1 ਮਹੀਨੇ ਤੱਕ ਆਉਣ ਵਾਲੀਆਂ ਹਨ ਅਗਰ ਕਿਸੇ ਕਿਸਾਨ ਵੀਰ ਨੂੰ ਮੁਰਗੀਆਂ ਚਾਹੀਦੀਆਂ ਹੋਣ 20 50 100 ਕਿੰਨੇ ਵੀ ਪੀਸ ਚਾਹੀਦੇ ਹੋਣ ਚਾਹੇ 200 ਪੀਸ ਚਾਹੀਦੇ ਹੋਣ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਪਤਾ ਹੈ ਵਿਲੇਜ ਬੁੱਢਣਵਾਲ ਤਹਿਸੀਲ ਚਾਕੋੜ ਜ਼ਿਲ੍ਹਾ ਜਲੰਧਰ ਪੰਜਾਬ ਥੈਂਕ ਯੂ